सत श्री अकाल जी। फेमस पंजाब टीवी नूं तुसीं वेख रहे हो ते मैं हाँ सोहेल खान। दोस्तों ऐतकी जिहड़ी दिवाली आनी है वह बहुत रंगीन होने वाली है क्योंकि बहुत खूबसूरत फिल्म पानी च मधाणी रिलीज़ होने वाली है। सो उस फिल्म दे विचों बहुत खूबसूरत है जिहड़ा कि करैक्टर है शिवम शर्मा भाजी ने जिहड़ा निभाया आ। सो अज साडे नाल मौजूद भी ने, असीं गलबात करते हैं। भाई जी की हाल चाल ने जी? बहुत वधिया जी, तुसीं दस्सो की हाल चाल है? जिंदगी दा सफ़र किवें चल रहा है जी? बहुत घैंट चल रहा जी, फिल्मां ते फिल्मां आ रहियां ने, है ना। पिछे भी दो तीन फिल्मां रिलीज़ होईयां, पर जिहड़ा मेरा ਤੁਸੀਂ ਕਹਿ ਲਓ ਵੀ ਡਰੀਮ ਪ੍ਰੋਜੈਕਟ ਹੈ ਨਾ, ਪਿਛਲੇ ਡੇਢ ਸਾਲ ਤੋਂ ਅਸੀਂ ਮਤਲਬ ਬਹੁਤ ਇੰਤਜ਼ਾਰ ਕੀਤਾ ਜੀ ਮੈਂ ਇਸ ਫਿਲਮ ਲਈ, ਕਿਉਂਕਿ ਫਿਲਮ ਦੀ ਬਹੁਤ ਵੱਡੀ ਸਟਾਰ ਕਾਸਟ ਹੈ। ਫਿਲਮ ਨੂੰ ਬਹੁਤ ਵੱਡੇ ਡਾਇਰੈਕਟਰ ਦਾਦੂ ਸਰ ਨੇ ਡਾਇਰੈਕਟ ਕੀਤਾ, ਨਰੇਸ਼ ਭਾਜੀ ਦੀ ਕਹਾਣੀ ਲਿਖੀ ਹੈ ਨਾ। ਸੋ ਬਹੁਤ ਐਕਸਾਈਟਡ ਹੈ ਜੀ ਅਤੇ ਬਹੁਤ ਸਾਰੀਆਂ ਵਧਾਈਆਂ ਹੈ ਨਾ, ਮਤਲਬ ਪੋਜ਼ਿਟਿਵ ਦਿਨ ਜੇ ਲੰਘ ਰਹੇ ਨੇ, ਬੜਾ ਘੈਂਟ ਲੱਗ ਰਿਹਾ ਜੀ। ਸੋ ਟ੍ਰੇਲਰ ਅਸੀਂ ਵੇਖ ਲਿਆ ਹੈ ਨਾ, ਅਤੇ ਗਿੱਪੀ ਭਾਅ ਜੀ ਦਾ ਪੂਰਾ ਇੱਕ ਬੈਂਡ ਹੈ, ਪੂਰਾ ਗਰੁੱਪ ਹੈ, ਇੱਕ ਹੈ ਨਾ, ਅਤੇ ਕੀ ਸੇਵਾ ਲਾਈ ਹੋਈ ਹੈ ਗਿੱਪੀ ਭਾਅ ਜੀ ਨੇ? ਤੁਸੀਂ ਕੀ ਕਰ ਰਹੇ ਹੋ ਜੀ ਉਹਦੇ ਵਿੱਚ? ਕੀ ਵਜਾ ਰਹੇ ਹੋ, ਢੋਲ ਵਜਾ ਰਹੇ ਹੋ ਜਾਂ ਛਣਕੈਂਟੇ ਵਜਾ, ਕੀ ਚੱਕਰ? ਮੈਂ ਤੁਹਾਨੂੰ ਇਹ ਦੱਸੂੰਗਾ ਵੀ ਮੈਂ ਉਹ ਇਨਸਾਨ ਹੈ ਵੀ ਜਿਹੜਾ ਉਹ ਨਹੀਂ ਹੁੰਦਾ ਵੀ ਚੱਲ ਯਾਰ, ਹੈ ਨਾ, ਇਹੋ ਜਿਹਾ ਇੱਕ ਬੰਦਾ ਜਿਹੜਾ ਕੁਛ ਵੀ ਵਜਾ ਲੈਂਦਾ, ਅਤੇ ਇਹ ਹੁਣ ਬਾਕੀ ਤੁਹਾਨੂੰ ਹਾਂ ਰੂੰਗੇ 'ਚ ਆਉਂਦਾ, ਬਟ ਉਹਦਾ ਧਿਆਨ ਵੀ ਰੱਖਿਆ ਜਾਂਦਾ ਅਤੇ ਉਹ ਬਹੁਤ ਇੱਕ ਡੀਸੈਂਟ ਜਿਹਾ ਕਰੈਕਟਰ ਹੈ। ਲੁੱਕ ਬਹੁਤ ਸੋਹਣੀ ਦਿੱਤੀ ਹੈ ਮੈਨੂੰ ਡਾਇਰੈਕਟਰ ਸਾਹਿਬ ਨੇ। ਸੋ ਬਾਕੀ ਤੁਸੀਂ ਫਿਲਮ ਦੇਖ ਕੇ ਦੇਖਿਓ ਵੀ ਤੁਹਾਨੂੰ ਕਿਵੇਂ ਲੱਗੂਗਾ, ਹੈ ਨਾ। ਅੱਛਾ ਬਾਈ ਜੀ, ਜਿਵੇਂ ਜਿਹੜਾ ਇਹ ਟਾਈਮ ਹੁੰਦਾ ਆ, ਹੈ ਨਾ ਜੀ, ਹੁਣ ਤੁਹਾਡੀ ਦੋ ਤਿੰਨ ਫਿਲਮਾਂ ਰਿਲੀਜ਼ ਹੋ ਕੇ ਹਟੀਆਂ ਨੇ, ਹੁਣ ਆ ਤੀਜੀ ਲਾਈਨ 'ਤੇ ਆ, ਉਸ ਤੋਂ ਬਾਅਦ ਤੁਸੀਂ ਹੋਰ ਵੀ ਕਰਨੀਆਂ ਨੇ, ਐਕਟਰ ਦਾ ਜਿਹੜਾ ਇਹ ਟਾਈਮ ਹੁੰਦਾ ਆ ਵੀ ਬੈਕ ਟੂ ਬੈਕ ਫਿਲਮਾਂ ਉੱਪਰ ਵੱਲ ਚੱਲਦੇ ਹਾਂ ਆਪਾਂ, ਹੈ ਨਾ, ਉਹ ਫੀਲਿੰਗ ਕਿੱਦਾਂ ਦੀ ਹੁੰਦੀ ਹੈ ਅਤੇ ਉਸਦੇ ਵਿੱਚ ਅਸੀਂ ਕੀ ਫੀਲ ਕਰਦੇ ਹਾਂ ਜੀ ਉਸ ਟਾਈਮ? ਫੀਲ ਗੁੱਡ ਹੁੰਦਾ ਜੀ, ਇੱਕ ਟਾਈਮ ਹੁੰਦਾ ਜਦੋਂ ਤੁਸੀਂ ਸਟਰਗਲ ਕਰ ਰਹੇ ਹੁੰਦੇ ਹੋ ਇੱਥੇ ਆਉਣ ਲਈ, ਹੁਣ ਤੁਹਾਨੂੰ ਮੈਨੂੰ ਲੱਗਦਾ ਵੀ ਵਾਧਾ ਡਬਲ ਹੋ ਜਾਂਦਾ, ਹੁਣ ਤੁਹਾਨੂੰ ਸਾਰਾ ਕੁਝ ਸੋਚ ਸਮਝ ਕੇ ਕਰਨਾ ਪੈਣਾ, ਹੈ ਨਾ, ਤੁਸੀਂ ਫਿਲਮਾਂ ਚੂਜ਼ ਕਰਨੀਆਂ ਨੇ ਅੱਗੇ। ਸੋ ਮੈਨੂੰ ਲੱਗਦਾ ਵੀ ਠੀਕ ਹੈ, ਤੁਹਾਡੀ ਹੋ ਰਹੀ ਹੈ, ਰੱਬ ਬਾਬੇ ਦੀ ਕਿਰਪਾ ਹੈ, ਪਰਮਾਤਮਾ ਦੀ ਕਿਰਪਾ ਹੈ ਵੀ ਅਸੀਂ ਇੱਥੇ ਤੱਕ ਆ ਰਹੇ ਹਾਂ, ਹੈ ਨਾ, ਸਾਨੂੰ ਲੋਕ ਦੇਖਦੇ ਨੇ, ਸਾਨੂੰ ਪਛਾਣਦੇ ਨੇ, ਲੋਕਾਂ ਕਰਕੇ ਹੀ ਆ, ਹੈ ਨਾ। ਤੁਸੀਂ ਆਪਣੇ ਆਪ ਐਕਟਰ ਨਹੀਂ ਬਣਦੇ, ਲੋਕ ਤੁਹਾਨੂੰ ਐਕਟਰ ਬਣਾਉਂਦੇ ਨੇ, ਲੋਕ ਤੁਹਾਨੂੰ ਐਕਟਰ ਦਾ ਟੈਗ ਦਿੰਦੇ ਨੇ, ਹੈ ਨਾ, ਅਤੇ ਚੰਗਾ ਵੀ ਲੱਗ ਰਿਹਾ, ਪਰ ਹੌਲੀ ਹੌਲੀ ਅਸੀਂ ਹੋਰ ਵਧੀਆ ਫਿਲਮਾਂ ਲੈ ਕੇ ਆਵਾਂਗੇ ਤੁਹਾਡੇ ਲਈ, ਜਿਵੇਂ ਦੀ ਇਹ ਬਹੁਤ ਪਿਆਰੀ ਫਿਲਮ ਹੈ। ਅੱਛਾ ਬਾਈ ਜੀ, ਇੱਕ ਮੇਰਾ ਸਵਾਲ ਹੋਰ ਸੀ ਵੀ ਜਿਵੇਂ ਹੁਣ ਕੋਈ ਵੀ ਐਕਟਰ ਨਵਾਂ ਹੁੰਦਾ ਹੈ, ਹੈ ਨਾ ਜੀ, ਅਤੇ ਉਹਨੂੰ ਵੱਡੇ ਆਰਟਿਸਟਾਂ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਆ, ਉਹਦੇ ਵਿੱਚ ਤੁਹਾਨੂੰ ਵੀ ਇੱਦਾਂ ਹੀ ਮਿਲਿਆ ਆ ਕਿਤੇ? ਗਿੱਪੀ ਭਾਅ ਜੀ ਨੇ ਕਿੰਨਾ ਸ਼ਾਈਨ ਕਰਦੇ ਨੇ ਉਹ ਸਕਰੀਨ ਦੇ ਉੱਤੇ, ਫਿਰ ਉਸ ਤੋਂ ਬਾਅਦ ਘੁੱਗੀ ਭਾਅ ਜੀ ਨੇ, ਫਿਰ ਇਫਤਿਖਾਰ ਠਾਕੁਰ ਸਾਹਿਬ ਨੇ ਫਿਲਮ ਦੇ ਵਿੱਚ, ਫਿਰ ਕਰਮਜੀਤ ਅਨਮੋਲ ਭਾਅ ਜੀ ਨੇ, ਮਤਲਬ ਬਹੁਤ ਕਮਾਲ ਦੇ ਕਲਾਕਾਰ, ਉਹਨਾਂ ਦੇ ਵਿੱਚ ਆਪਣੀ ਕਲਾ ਦਿਖਾਉਣਾ, ਆਪਣੇ ਆਪ ਨੂੰ ਵੱਖਰਾ ਵਿਖਾਉਣਾ, ਇਹ ਕਿੰਨਾ ਕੁ ਔਖਾ ਹੈ ਜੀ? ਮੈਂ ਇਸ ਫਿਲਮ ਦੇ ਵਿੱਚ ਐਵੇਂ ਦਾ ਬੰਦਾ ਹੈ ਵੀ ਮੈਨੂੰ ਬਹੁਤ ਘੱਟ ਲੋਕ ਜਾਣਦੇ ਨੇ, ਹੈ ਨਾ, ਪਹਿਲਾਂ ਤਾਂ ਐਡੀ ਵੱਡੀ ਸਟਾਰ ਕਾਸਟ, ਐਡੀ ਵੱਡੀ ਫਿਲਮ ਦਾ ਹਿੱਸਾ ਹੋਣਾ ਤੁਹਾਡੇ ਲਈ ਮਾਣ ਦੀ ਗੱਲ ਹੈ, ਠੀਕ ਹੈ ਜੀ, ਅਤੇ ਮੈਂ ਬਹੁਤ ਨਰਵਸ ਵੀ ਸੀਗਾ ਵੀ, ਹੈ ਨਾ, ਮੈਂ ਪਹਿਲਾਂ ਗਿੱਪੀ ਬਾਈ ਨਾਲ ਇੱਕ ਫਿਲਮ, ਉਹਨਾਂ ਦੀ ਫਿਲਮ 'ਚ ਕੰਮ ਕੀਤਾ ਜੀ, ਛੋਟਾ ਜਿਹਾ ਰੋਲ, ਹੈ ਨਾ। ਸੋ ਮਤਲਬ ਤੁਸੀਂ ਦੇਖ ਲਓ ਵੀ ਇੱਕ ਮਤਲਬ ਸਟੇਜ ਛੋਟੀ ਜਿਹੀ ਇੱਕ ਸੀਨ ਉਹਨਾਂ ਦੀ ਫਿਲਮ 'ਚ ਸੀਗਾ, ਪਰ ਹੁਣ ਸਾਰੀ ਫਿਲਮ ਬਾਈ ਉਹਨਾਂ ਦੇ ਨਾਲ ਹੈ। ਸੋ ਮੇਰੇ ਲਈ ਤਾਂ ਬਹੁਤ ਮਾਣ ਦੀ ਗੱਲ ਹੈ, ਹੈ ਨਾ, ਅਤੇ ਦੂਜੇ ਡਾਇਰੈਕਟਰ ਜਿਹੜੇ ਨੈਸ਼ਨਲ ਅਵਾਰਡੀ ਡਾਇਰੈਕਟਰ ਨੇ, ਹੈ ਨਾ, ਉਹ ਅਤੇ ਸਕ੍ਰਿਪਟ ਇੰਨੀ ਵਧੀਆ, ਨਰੇਸ਼ ਭਾਅ ਜੀ, ਹੈ ਨਾ, ਕਿੱਡੇ ਕੌਮਿਕ ਉਹ ਚੀਜ਼ਾਂ ਲਿਖਦੇ ਨੇ, ਤਾਂ ਮੈਂ ਨਰਵਸ ਵੀ ਸੀਗਾ ਥੋੜ੍ਹਾ ਜਿਹਾ, ਪਰ ਜਦੋਂ ਕਾਸਟ ਨੂੰ ਮਿਲਿਆ, ਜਦੋਂ ਪਹਿਲੀ ਵਾਰ ਉੱਥੇ ਅਸੀਂ ਇੰਗਲੈਂਡ ਦੇ ਵਿੱਚ ਅਸੀਂ ਨਰੇਸ਼ਨ ਸਾਰੀ ਫਿਲਮ ਸੁਣੀ, ਤਾਂ ਮਤਲਬ ਪਹਿਲੀ ਵਾਰ 'ਚ ਹੀ ਬਾਈ ਨੇ ਕਹਿ ਦਿੱਤਾ ਕੋਈ ਗੱਲ ਨਹੀਂ, ਟੈਨਸ਼ਨ ਲੈਣੀ, ਹੈ ਨਾ। ਸੋ ਉੱਥੋਂ ਹੀ ਫਿਰ ਬੰਦੇ ਨੂੰ ਐਂ ਹੁੰਦਾ ਵੀ ਗਿੱਪੀ ਭਾਅ ਜੀ ਦਾ ਇਹ ਪਲੱਸ ਪੁਆਇੰਟ ਹੈ ਨਾ ਜੀ, ਉਹ ਕੰਫਰਟ ਕਰ ਦਿੰਦੇ ਨੇ ਆਪਣੇ ਆਰਟਿਸਟ ਬਹੁਤ ਜ਼ਿਆਦਾ ਜੀ, ਬਹੁਤ ਘੈਂਟ। ਮੈਂ ਉਹਨਾਂ ਨਾਲ ਐਜ਼ ਐਨ ਜਦੋਂ ਐਜ਼ ਐਨ ਡਾਇਰੈਕਟਰ ਨੇ ਉਦੋਂ ਵੀ ਕੰਮ ਕੀਤਾ, ਐਜ਼ ਐਨ ਐਕਟਰ ਬਹੁਤ ਘੈਂਟ ਨੇ, ਜੌਲੀ ਨੇ, ਬਹੁਤ ਕੰਫਰਟੇਬਲ ਕਰ ਦਿੰਦੇ ਨੇ। ਇਹ ਰੀਅਲ ਗੱਲ ਹੈ, ਇਹ ਘੈਂਟ ਗੱਲ ਹੈ ਵੀ, ਹੈ ਨਾ, ਐਡੇ ਵੱਡੇ ਸਟਾਰ ਇੱਕ ਨਵੇਂ ਆਰਟਿਸਟ ਨਾਲ ਇੰਨਾ ਉਹਨਾਂ ਦਾ ਵਧੀਆ। ਹਾਂ ਜੀ, ਪਾਣੀ 'ਚ ਮਧਾਣੀ ਬਾਰੇ ਕੀ ਕਹਿਣਾ ਚਾਹੋਗੇ ਹੁਣ ਤੁਸੀਂ ਓਵਰਆਲ? ਬਸ ਭਾਅ ਜੀ, ਪਾਣੀ 'ਚ ਮਧਾਣੀ ਪਈ ਹੈ ਅਤੇ ਤੁਸੀਂ ਦੇਖੋ, ਹੈ ਨਾ, 4 ਨਵੰਬਰ ਨੂੰ ਬਹੁਤ ਵੱਡੀ ਸਟਾਰ ਕਾਸਟ ਦੇ ਨਾਲ ਫਿਲਮ ਲੈ ਕੇ ਆ ਰਹੇ ਹਾਂ। ਸੋ ਦੇਖੋ ਜੀ, ਥੈਂਕ ਯੂ ਸੋ ਮਚ, ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ, ਅਤੇ ਸਾਨੂੰ ਇਹ ਵੀ ਬਹੁਤ ਚੰਗਾ ਲੱਗਦਾ ਹੈ ਵੀ ਜਦੋਂ ਕੋਈ ਆਰਟਿਸਟ ਗਰੋ ਹੁੰਦਾ ਆ ਸਕਰੀਨ ਦੇ ਉੱਤੇ ਵਿਕਦਾ ਆ, ਸੋ ਇਹ ਬਹੁਤ ਵੱਡੀ ਅਤੇ ਖੂਬਸੂਰਤ ਗੱਲ ਹੁੰਦੀ ਹੈ ਜੀ, ਅਤੇ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ। ਤੁਹਾਨੂੰ ਕਿਵੇਂ ਲੱਗਿਆ? ਬਹੁਤ ਵਧੀਆ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ, ਰੱਬ ਨੇ ਚਾਹੇ ਤਾਂ ਫਿਰ ਮਿਲਾਂਗੇ, ਥੈਂਕ ਯੂ। ਸੋ ਦੋਸਤੋ, ਪਾਣੀ 'ਚ ਮਧਾਣੀ ਫਿਲਮ ਦਾ ਇੱਕ ਕਰੈਕਟਰ ਸ਼ਿਵਮ ਸ਼ਰਮਾ ਸਾਡੇ ਨਾਲ ਮੌਜੂਦ ਸੀਗਾ, ਜੋ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ, ਮੁਲਾਕਾਤ ਕੀਤੀ ਹੈ। ਸੋ ਮੁਲਾਕਾਤ ਕਿਵੇਂ ਦੀ ਲੱਗੀ ਹੈ, ਕੀਮਤੀ ਪ੍ਰਤੀਕਿਰਿਆ ਜ਼ਰੂਰ ਦੇਣਾ, ਥੈਂਕ ਯੂ ਸੋ ਮਚ।